ਸ੍ਰੀ ਗੱਜ ਜੀ ਅੱਜ ਜਿਵੇਂ ਸਾਰਿਆਂ ਨੂੰ ਪਤਾ ਅਰਵਿੰਦ ਕੇਜਰੀਵਾਲ ਜੀ ਆਪਣਾ ਬੜਾ ਡਰਾਮਾ ਡਰੂਮਾ ਕਰਕੇ ਹਰਲਾ ਹੁਲਾ ਕਰਕੇ ਪੰਜਾਬ ਆ ਰਹੇ ਆ ਸਾਡੀ ਉਹਨਾਂ ਤੋਂ ਮੋਸਟ ਵੈਲਕਮ ਆ ਪੰਜਾਬ ਦੇ ਵਿੱਚ ਜੀ ਸਦਕੇ ਪੰਜਾਬ ਵਿੱਚ ਆਣ ਜੀ ਸਦਕੇ ਪੰਜਾਬ ਦੇ ਵਿੱਚ ਆ ਕੇ ਕੈਂਪੇਨ ਕਰਨ ਲੇਕਿਨ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਦੱਸਣਾ ਪੈਂਦੀ ਕਿ ਉਹਨਾਂ ਦੀ ਜਵਾਬਦੇਹੀ ਹੈ ਪੰਜਾਬ ਨੂੰ ਕੋਈ ਕੀ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਕੋਈ ਆਪਣੀ ਅਨਸਰਬਿਲਟੀ ਰੱਖਦੇ ਆ 17 ਚੋਂ ਇਲੈਕਸ਼ਨ ਲੜ ਕੇ ਗਈ ਸੀ ਇੱਥੋਂ ਉਦੋਂ ਵੀ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਸੀ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਉਸ ਤੋਂ ਬਾਅਦ ਉਹ ਭੱਜ ਗਏ ਇਥੋਂ ਸਾਡੇ ਸਿੱਧੇ ਸਿੱਧੀ ਉਹਨਾਂ ਨੂੰ ਅਪੀਲ ਆ ਵੀ ਤੁਸੀਂ ਪੰਜਾਬ 'ਚ ਅਮਨ ਸ਼ਾਂਤੀ ਭੰਗ ਨਾ ਕਰੋ ਪੰਜਾਬ ਇੱਕ ਬੜੀ ਬਾਰਡਰ ਸੈਂਸਿਟਿਵ ਸਟੇਟ ਆ ਤੁਸੀਂ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ 'ਚ ਅੱਗ ਲਾ ਕੇ ਵਾਪਸ ਭੱਜ ਜਾਣਾ ਇਹ ਸ਼ੂਟ ਐਂਡ ਸਕੂਟ ਦੀ ਪੋਲਿਟਿਕਸ ਬੰਦ ਕਰੋ ਔਰ ਅਨਸਰਬਿਲਟੀ ਦਿਓ ਫੈਕਟਸ ਤੇ ਗੱਲਾਂ ਕਰੋ ਸਿਰਫ ਜਿਵੇਂ ਤੁਸੀਂ ਹਰ ਵਾਰ ਬਿਨਾਂ ਤੱਥਾਂ ਤੋਂ ਇਲਜ਼ਾਮ ਲਾ ਕੇ ਭੱਜਦੇ ਹੋ ਤੇ ਬਾਅਦ 'ਚ ਮਾਫੀਆਂ ਮੰਗਦੇ ਹੋ ਉਹੋ ਜਿਹੀ ਰਾਜਨੀਤੀ ਨਾ ਕਰੋ ਤੁਸੀਂ ਪਹਿਲਾਂ ਵੀ ਇਹ ਪੰਜਾਬ ਨਾਲ ਕਰ ਚੁੱਕੇ ਹੋ ਤੁਹਾਨੂੰ ਬਾਅਦ ਵਿੱਚ ਮਾਫੀਆਂ ਮੰਗਣੀਆਂ ਪਈਆਂ ਹੁਣ ਦੁਬਾਰਾ ਤੁਸੀਂ ਫਿਰ ਦੁਬਾਰਾ ਉਹੀ ਰਾਜਨੀਤੀ ਸ਼ੁਰੂ ਕਰ ਰਹੇ ਹੋ ਸੋ ਸਾਡੀ ਤੁਹਾਨੂੰ ਅਪੀਲ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਤੁਹਾਡੀ ਅਨਸਰਬਿਲਟੀ ਬਣਦੀ ਆ ਜੋ ਤੁਹਾਡੀ ਜਵਾਬਦੇਹੀ ਬਣਦੀ ਆ ਤੁਸੀਂ ਸਵਾਲ ਸਰਕਾਰ ਤੋਂ ਪੁੱਛੋ ਅਸੀਂ ਜਵਾਬ ਦੇਵਾਂਗੇ ਸਾਨੂੰ ਡਿਬੇਟ ਤੇ ਬੁਲਾਣਾ ਸੀ ਡਿਬੇਟ ਕਰਾਂਗੇ ਤੁਸੀਂ ਸਾਨੂੰ ਕਿਸੇ ਵੀ ਆਪਣੇ ਸਾਥੀ ਨਾਲ ਜਿਹੜਾ ਇੱਕ ਰਿਸਪੈਕਟੇਬਲ ਪੋਜੀਸ਼ਨ ਤੇ ਹੋਵੇ ਉਹਦੇ ਨਾਲ ਅਸੀਂ ਡਿਬੇਟ ਵੀ ਕਰਾਂਗੇ ਅਗਰ ਤੁਹਾਡੇ ਕੋਲ ਟਾਈਮ ਨਹੀਂ ਆ ਲੇਕਿਨ ਤੱਥਾਂ ਦੇ ਉੱਤੇ ਗੱਲ ਕਰਾਂਗੇ ਸਾਡੇ ਤੁਹਾਨੂੰ 10 ਸਵਾਲ ਆ ਸਭ ਤੋਂ ਪਹਿਲਾ ਸਵਾਲ ਵੀ ਕੀ ਤੁਸੀਂ ਪੰਜਾਬ ਦੇ ਜਿਹੜਾ ਬਲਦੀ ਅੱਗ ਸੀਗੀ ਜਦੋਂ ਕਾਨੂੰਨ ਲਾਗੂ ਹੋ ਰਹੇ ਸੀ ਤੁਸੀਂ ਕਿੱਥੇ ਗਾਇਬ ਸੀ ਤੁਸੀਂ ਦਿੱਲੀ ਦੇ ਵਿੱਚ ਉਦੋਂ ਉਹਦਾ ਪ੍ਰੋਟੈਸਟ ਕਿਉਂ ਨਹੀਂ ਕੀਤਾ ਦੂਜੀ ਗੱਲ ਤੁਸੀਂ ਵਿਧਾਨ ਸਭਾ ਦੇ ਵਿੱਚ ਉਹਨਾਂ ਕਾਨੂੰਨਾਂ ਨੂੰ ਨੋਟੀਫਾਈ ਕਿਉਂ ਕੀਤਾ ਉਹਦੇ ਨਾਲ ਨਾਲ ਤੁਸੀਂ ਉਹ ਕਾਨੂੰਨਾਂ ਨੂੰ ਮਾਨਤਾ ਦਿੱਤੀ ਔਰ ਉਹ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਦੋਂ ਕਿਸਾਨ ਬਾਰਡਰ ਤੇ ਪਹੁੰਚੇ ਉਦੋਂ ਤੁਸੀਂ ਸੁੱਤੇ ਜਾਗੇ ਉਸ ਤੋਂ ਪਹਿਲਾਂ ਤੁਸੀਂ ਉਸ ਕਾਨੂੰਨ ਨੂੰ ਲੈ ਕੇ ਕਦੀ ਆਵਾਜ਼ ਕਿਉਂ ਨਹੀਂ ਚੱਕੀ ਕਾਲੇ ਕਾਨੂੰਨਾਂ ਤਿੰਨਾਂ ਦੇ ਖਿਲਾਫ ਉਸ ਤੋਂ ਬਾਅਦ ਤੀਜਾ ਸਵਾਲ ਜਦੋਂ ਦਿੱਲੀ ਦੇ ਵਿੱਚ ਤੁਸੀਂ ਹੈਲਥ ਦੀ ਗੱਲ ਕਰਦੇ ਹੋ ਹੈਲਥ ਮਾਡਲ ਦੀ ਗੱਲ ਕਰਦੇ ਹੋ ਹਸਪਤਾਲਾਂ ਦੀ ਗੱਲ ਕਰਦੇ ਹੋ ਤੁਹਾਡੀ ਸਰਕਾਰ ਦੇ ਆਮ ਤੇ ਕਿੰਨੇ ਇੱਕ ਹਸਪਤਾਲ ਬਣਾਏ 13 ਹਸਪਤਾਲ ਬਣ ਰਹੇ ਸੀ 2013 ਦੇ ਵਿੱਚ ਉਸ ਤੋਂ ਬਾਅਦ ਕੀ ਤੁਸੀਂ ਕੋਈ ਹਸਪਤਾਲ ਬਣਾਇਆ ਅਗਰ ਇੰਨਾ ਹੀ ਤੁਹਾਡਾ ਹੈਲਥ ਮਾਡਲ ਵਧੀਆ ਸੀ ਤੇ ਲੋਕਾਂ ਨੂੰ ਕਰੋਨਾ ਦੇ ਟਾਈਮ ਦੇ ਵਿੱਚ ਤਰੋ ਤਰੋ ਕਿਉਂ ਕਰਨੀ ਪਈ ਤੁਹਾਡੇ ਇਨੀਆਂ ਜਾਨਾਂ ਕਿਉਂ ਗਈਆਂ ਤੁਹਾਡੇ ਡਾਕਟਰ ਕਿੱਥੇ ਗਏ ਤੁਹਾਡੇ ਮਹੱਲਾ ਕਲੀਨਿਕ ਕਿੱਥੇ ਗਏ ਚੌਥਾ ਸਵਾਲ ਜਦੋਂ ਪੰਜਾਬ ਦੇ ਵਿੱਚ ਲੋਕ ਦਿੱਲੀ ਤੋਂ ਹਸਪਤਾਲਾਂ ਵਾਸਤੇ ਆ ਰਹੇ ਸੀ ਹਸਪਤਾਲਾਂ ਦੇ ਦਰਵਾਜ਼ੇ ਕੈਪਟਨ ਸਾਹਿਬ ਨੇ ਖੋਲੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਕਰੋ ਤੁਸੀਂ ਦਿੱਲੀ ਚੋਂ ਉਹਦੋਂ ਕਿਉਂ ਫਰਮਾਨ ਜਾਰੀ ਕੀਤਾ ਵੀ ਪੰਜਾਬ ਦੇ ਲੋਕ ਦਿੱਲੀ ਦੇ ਹਸਪਤਾਲਾਂ ਦੀ ਫੈਸਿਲਿਟੀ ਨਹੀਂ ਯੂਜ਼ ਕਰ ਸਕਦੇ ਕਿਉਂ ਉਹਦੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਆਪਣਾ ਨਾ ਸਮਝਿਆ ਹਰਿਆਣਾ ਦੇ ਲੋਕਾਂ ਨੂੰ ਆਪਣਾ ਨਾ ਸਮਝਿਆ ਔਰ ਦਿੱਲੀ ਦੇ ਦਰਵਾਜ਼ੇ ਤੁਸੀਂ ਬੰਦ ਕਰਕੇ ਰੱਖਤੇ ਵੀ ਇੱਥੇ ਕੋਈ ਵੀ ਪੰਜਾਬੀ ਕੋਈ ਵੀ ਹੋਰ ਸੂਬੇ ਤੋਂ ਬੰਦਾ ਇਸ ਸੂਬੇ ਚ ਆ ਕੇ ਹਸਪਤਾਲ ਦੀ ਫੈਸਿਲਿਟੀ ਨਾ ਲਊਗਾ ਉਦੋਂ ਤੁਹਾਨੂੰ ਪੰਜਾਬ ਕਿਉਂ ਨਾ ਯਾਦ ਆਇਆ ਪੰਜਵਾਂ ਸਵਾਲ ਆਕਸੀਜਨ ਦੀ ਕਮੀ ਸਾਰੇ ਦੇਸ਼ ਚ ਆਈ ਹਿੰਦੁਸਤਾਨ ਸਰਕਾਰ ਤੋਂ ਤੁਸੀਂ ਲੋੜ ਤੋਂ ਵੱਧ ਬਾਕੀ ਸੂਬਿਆਂ ਦੀ ਆਕਸੀਜਨ ਕਿਉਂ ਮੰਗੀ ਕਿਉਂ ਤੁਸੀਂ ਉਦੋਂ ਬਾਕੀ ਸੂਬਿਆਂ ਨੂੰ ਭੁੱਲ ਗਏ ਔਰ ਉਦੋਂ ਆਪਣਾ ਸਿਰਫ ਦਿੱਲੀ ਦੀ ਰਾਜਨੀਤੀ ਦੇ ਕਰਨ ਵਾਸਤੇ ਤੁਸੀਂ ਉਦੋਂ ਲੋਕਾਂ ਤੋਂ ਉਹਨਾਂ ਦਾ ਹੱਕ ਮਾਰਿਆ ਔਰ ਉਹਨਾਂ ਤੋਂ ਆਕਸੀਜਨ ਫੈਸਿਲਿਟੀ ਲਈਤੀ 6ਵਾਂ ਸਵਾਲ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਪਹਿਲਾ ਨੰਬਰ ਆਇਆ ਸਕੂਲਾਂ ਦਾ ਤੁਹਾਡੇ ਦਿੱਲੀ ਦੇ ਸਕੂਲ ਕਿੱਥੇ ਗਏ ਕਿਉਂ ਨਾ ਤੁਹਾਡੇ ਦਿੱਲੀ ਦੇ ਸਕੂਲਾਂ ਨੂੰ ਮਾਨਤਾ ਮਿਲੀ ਔਰ ਤੁਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਉਦੋਂ ਵੀ ਇਹ ਜਿਹੜਾ ਉਹ ਇਹਨਾਂ ਦੀ ਮਿਲੀ ਭੁਗਤ ਆ ਤੁਹਾਡੇ ਜਾਦਾ ਤੁਹਾਡਾ ਰਾਜ ਆਇਆ ਤੁਸੀਂ ਕਿੰਨੇ ਨਵੇਂ ਕਾਲਜ ਸਥਾਪਿਤ ਕੀਤੇ ਕਿੰਨੇ ਨਵੇਂ ਤੁਸੀਂ ਬੱਚਿਆਂ ਨੂੰ ਨੌਕਰੀਆਂ ਦਵਾਈਆਂ ਕਿੰਨੇ ਬੱਚਿਆਂ ਨੂੰ ਤੁਸੀਂ ਪਲੇਸਮੈਂਟਸ ਕਰਾਈਆਂ ਔਰ ਇਹਦਾ ਤੁਸੀਂ ਬਿਉਰਾ ਪੰਜਾਬ ਦੇ ਲੋਕਾਂ ਨੂੰ ਦੋ ਸਾਡਾ 7ਵਾਂ ਸਵਾਲ ਤੁਸੀਂ ਜਦ ਤੋਂ ਦਿੱਲੀ ਦੇ ਵਿੱਚ ਬੈਠੇ ਹੋ ਜਦੋਂ ਵੀ ਇੱਥੇ ਪਰਾਲੀ ਨੂੰ ਅੱਗ ਲੱਗਦੀ ਆ ਤੁਸੀਂ ਹਮੇਸ਼ਾ ਕਿਸਾਨਾਂ ਨੂੰ ਬਦਨਾਮ ਕਰਦੇ ਹੋ ਤੁਸੀਂ ਕਹਿੰਦੇ ਹੋ ਪੰਜਾਬ ਦਾ ਧੂਆਂ ਗੰਦੇਲਾ ਵਾ ਪੰਜਾਬ ਦਾ ਧੂਆਂ ਦਿੱਲੀ ਦੀ ਆਕਸੀਜਨ ਕਰਦਾ ਵਾ ਤੁਸੀਂ ਕਿਉਂ ਪੰਜਾਬ ਨੂੰ ਹਰ ਵਾਰ ਬਦਨਾਮ ਕਰਨ ਦੀ ਰਾਜਨੀਤੀ ਕਰਦੇ ਹੋ ਅਠਵਾਂ ਸਵਾਲ ਤੁਸੀਂ ਜਦੋਂ ਤੋਂ ਦਿੱਲੀ ਦੀ ਰਾਜਨੀਤੀ ਸੰਭਾਲੀ ਆ ਤੁਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਆਪਣੇ ਬਿਆਨ ਬਦਲਦੇ ਹੋ ਤੁਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਸਪਸ਼ਟ ਕਰੋ ਵੀ ਤੁਹਾਡਾ ਕੀ ਸਟੈਂਡ ਆ ਔਰ ਤੁਸੀਂ ਉਸ ਸਟੈਂਡ ਨੂੰ ਕਿੱਥੇ ਤੱਕ ਤੁਸੀਂ ਉਹਨੂੰ ਸਹੀ ਮੰਨਦੇ ਹੋ ਔਰ ਪੰਜਾਬ ਦਾ ਪਾਣੀਆਂ ਦੇ ਉੱਤੇ ਹੱਕ ਹੈ ਜਾਂ ਹਰਿਆਣਾ ਸੂਬੇ ਦਾ ਹੱਕ ਹੈ ਤੁਸੀਂ ਇਹਦੇ ਤੇ ਜਾਂ ਉਹ ਹੀ ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਵਾ ਤੁਸੀਂ ਉਹਨੂੰ ਕਿੱਥੋਂ ਤੱਕ ਸਹੀ ਮੰਨਦੇ ਹੋ ਇਹਦੇ ਤੇ ਆਪਣਾ ਜਿਹੜਾ ਸਟੈਂਡ ਆ ਉਸਪਸ਼ਟ ਕਰੋ ਨੌਵਾਂ ਸਵਾਲ ਤੁਸੀਂ ਬਿਕਰਮਜੀਠੀਏ ਤੋਂ ਮਾਫੀ ਮੰਗੀ ਅੱਜ ਤੁਸੀਂ ਫਿਰ ਆ ਕੇ ਇੱਥੇ ਜਵਾਬ ਦੇ ਰਹੇ ਹੋ ਤੁਸੀਂ ਫਿਰ ਸਵਾਲ ਚੱਕ ਰਹੇ ਹੋ ਕੱਲ ਨੂੰ ਅਗਰ ਇਹ ਗੱਲਾਂ ਝੂਠੀਆਂ ਨਿਕਲਣੀਆਂ ਤੇ ਕੀ ਤੁਸੀਂ ਦੁਬਾਰਾ ਮਾਫੀ ਮੰਗੋਗੇ ਜਾਂ ਤੁਸੀਂ ਇਹ ਵਾਅਦਾ ਕਰਦੇ ਹੋ ਜਿਹੜੀ ਤੁਸੀਂ ਅੱਜ ਇਲਜ਼ਾਮ ਲਾ ਕੇ ਜਾ ਰਹੇ ਹੋ ਜਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਬਿਲਕੁਲ ਤੱਥਾਂ ਦੇ ਆਧਾਰ ਤੇ ਆ ਔਰ ਤੁਹਾਡਾ ਟਾਈਮ ਨਹੀਂ ਵੇਸਟ ਹੋ ਰਿਹਾ ਤੁਸੀਂ ਉਦੋਂ ਇਹ ਕਿਹਾ ਮੇਰਾ ਟਾਈਮ ਵੇਸਟ ਹੋ ਰਿਹਾ ਸੀ ਇਸ ਕਰਕੇ ਮੈਂ ਇਹ ਰਾਜਨੀਤੀ ਦੇ ਵਿੱਚ ਇਹ 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 ਸਵਾਲਾਂ ਤੋਂ ਵਾਪਸ ਭੱਜਿਆ ਤੁਸੀਂ ਭੱਜੇ ਪੰਜਾਬ ਤੋਂ ਤੁਸੀਂ ਭਗੌੜੇ ਹੋ ਤੁਸੀਂ ਪੰਜਾਬ ਨਾਲ ਧੋਖਾ ਕੀਤਾ ਉਦੋਂ ਔਰ ਬਿਕਰਮਜੀਠੀਏ ਤੇ ਜਿਹੜੇ ਇਲਜ਼ਾਮ ਲੱਗੇ ਸੀ ਤੁਸੀਂ ਉਹਨਾਂ ਉੱਤੇ ਕਿਉਂ ਭੱਜੇ ਇਹਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦਿਓ ਅਖੀਰਲਾ ਔਰ ਸਭ ਤੋਂ ਮਹੱਤਵਪੂਰਨ ਸਵਾਲ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਜੋੜ ਕੇ ਰੱਖਣ ਦੀ ਗੱਲ ਆ ਪੰਜਾਬ ਇੱਕ ਮਿਨੋਰਿਟੀ ਸਟੇਟ ਆ ਪੰਜਾਬ ਦੇ ਵਿੱਚ ਵੱਖ-ਵੱਖ ਵੱਖ ਵਰਗ ਆ ਪੰਜਾਬ ਇੱਕ ਭਾਈਚਾਰਕ ਸਾਂਝ ਦੀ ਉਮੀਦ ਕਰਦਾ ਵਾ ਦਿੱਲੀ 'ਚ ਦੰਗੇ ਹੋਏ ਦਿੱਲੀ 'ਚ ਲੋਕ ਮਰੇ ਦਿੱਲੀ ਦੇ ਵਿੱਚ ਜਾਨਾਂ ਗਈਆਂ ਲੋਕਾਂ ਦੀਆਂ ਉਦੋਂ ਤੁਸੀਂ ਕਿੱਥੇ ਸੀ ਕੇਜਰੀਵਾਲ ਸਾਹਿਬ ਉਦੋਂ ਤੁਸੀਂ ਜਾ ਕੇ ਉਹਨਾਂ ਦੀ ਸਾਰ ਕਿਉਂ ਨਹੀਂ ਲਿੱਤੀ ਉਦੋਂ ਤੁਸੀਂ ਇੱਕ ਸਮੁਦਾਇ ਨਾਲ ਦਿਖੇ ਖੜੇ ਕਿਉਂ ਦਿਖੇ ਦੇਖਦੇ ਰਹੇ ਉਦੋਂ ਤੁਹਾਨੂੰ ਪੋਲਿਟਿਕਸ ਕਿਉਂ ਯਾਦ ਆ ਗਈ ਤੁਹਾਡੇ ਵੀ ਐਮਐਲਏ ਸੀ ਤੁਸੀਂ ਉਹਨਾਂ ਨੂੰ ਇਕੱਠਾ ਨਾ ਰੱਖ ਸਕੇ ਤੁਸੀਂ ਪੰਜਾਬ ਨੂੰ ਕਿਵੇਂ ਇਕੱਠਾ ਰੱਖੋਗੇ ਤੁਸੀਂ ਦੰਗਿਆਂ ਦੇ ਟਾਈਮ ਦੇ ਵਿੱਚ ਜਦੋਂ ਦਿੱਲੀ ਚ ਲੋਕ ਉੱਥੇ ਅੱਗ ਲੱਗੀ ਸੀ ਉਦੋਂ ਤੁਸੀਂ ਆਪਣੇ ਏਸੀ ਕੰਡੀਸ਼ਨ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਸੀ ਔਰ ਵੋਟਾਂ ਦੀ ਰਾਜਨੀਤੀ ਕਰ ਰਹੇ ਸੀ ਅੱਜ ਤੱਕ ਜਿੱਥੇ ਸਭ ਤੋਂ ਵੱਡਾ ਦਿੱਲੀ ਦੇ ਵਿੱਚ ਧਰਨਾ ਲੱਗਾ ਭਾਵੇਂ ਉਹ ਆਪਣਾ ਐਨਸੀਆਰ ਨੂੰ ਲੈ ਕੇ ਸੀ ਭਾਵੇਂ ਉਹ ਆਪਣਾ ਕੀ ਕਹਿੰਦੇ ਜਿਹੜਾ ਉਹ ਕਾਨੂੰਨ ਪਾਰਿਤ ਕੀਤਾ ਸੀਗਾ ਸੈਂਟਰ ਸਰਕਾਰ ਨੇ ਸੀਡਬਲਯੂਏ ਨੂੰ ਲੈ ਕੇ ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਤੁਸੀਂ ਇੱਕ ਵਾਰ ਵੀ ਧਰਨੇ ਵਾਲੀ ਜਗ੍ਹਾ ਤੇ ਕਿਉਂ ਨਹੀਂ ਗਏ ਤੁਸੀਂ ਇਹ ਜਰੀ ਵੰਡ ਕੇ ਰਾਜਨੀਤੀ ਕਰਨ ਵਾਲੀ ਗੱਲ ਕਰਦੇ ਹੋ ਇਹ ਪੰਜਾਬ ਦੇ ਵਿੱਚ ਰਾਜਨੀਤੀ ਦੀ ਜਗ੍ਹਾ ਕੋਈ ਨਹੀਂ ਹੈਗੀ ਇਹ ਸਾਡੇ 10 ਸਵਾਲ ਆ ਤੁਹਾਨੂੰ ਤੁਹਾਨੂੰ ਠੀਕ ਲੱਗਦਾ ਹੋਇਆ ਤੁਸੀਂ ਇਹਨਾਂ ਦਾ ਜਵਾਬ ਦਿਓ ਤਾਨੂੰ ਇਹ ਅੱਜ ਤੁਸੀਂ ਆ ਰਹੇ ਹੋ ਪੰਜਾਬ ਦੇ ਵਿੱਚ ਇੱਕ ਨਵੇਂ ਛਗੂਫੇ ਛੱਡਣ ਨਵੀਆਂ ਗੱਲਾਂ ਛੱਡਣ ਲੇਕਿਨ ਅਗਰ ਸਹੀ ਗੱਲ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੀ ਜੋ ਜੋ ਦੀ ਜਵਾਬਦੇਹੀ ਬੰਦੀ ਆ ਤੁਸੀਂ ਐਮਐਲਏ ਨੂੰ ਇਕੱਠਾ ਨਹੀਂ ਰੱਖ ਸਕਦੇ ਤੁਸੀਂ ਪੰਜਾਬ ਨੂੰ ਕਿੱਥੇ ਇਕੱਠਾ ਰੱਖੋਗੇ ਤੁਸੀਂ ਪਿਛਲੀ ਵਾਰ ਐਲੀਗੇਸ਼ਨ ਲਾਏ ਤੁਸੀਂ ਫਿਰ ਭੱਜ ਗਏ ਔਰ ਅਗਲੀ ਵਾਰ ਨੂੰ ਜੋ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਕਿੱਥੇ ਇੱਕ ਤੱਕ ਖੜੋਗੇ ਔਰ ਜਿਹੜੇ ਬਾਕੀ ਸਵਾਲ ਆ ਹੈਲਥ ਤੇ ਐਜੂਕੇਸ਼ਨ ਤੇ ਕਿਸਾਨਾਂ ਤੇ ਆਪਨਾ ਕੀ ਕਹਿੰਦੇ ਤੁਹਾਡੇ ਉਥੋਂ ਦੇ ਇਨਫਰਾਸਟ੍ਰਕਚਰ ਤੇ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਦਿਓ ਪੰਜਾਬ ਨੂੰ ਔਰ ਫਿਰ ਤੁਹਾਨੂੰ ਪੰਜਾਬ ਜਰੂਰ ਐਕਸੈਪਟ ਕਰੂਗਾ ਉਸ ਤੋਂ ਪਹਿਲਾਂ ਨਹੀਂ ਤਾਂ ਤੁਹਾਨੂੰ ਇਹ ਰਾਜਨੀਤਿਕ ਕਰਨ ਨਹੀਂ ਦਵਾਂਗੇ ਝੂਠ ਦੀ ਰਾਜਨੀਤੀ ਪਖੰਡ ਦੀ ਰਾਜਨੀਤੀ ਪੰਜਾਬ ਦੇ ਵਿੱਚ ਅਲਾਉ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਇਹੀ ਉਮੀਦ ਕਰਦੇ ਹਾਂ ਤੁਸੀਂ ਇਹ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ